ਹੈਲੋ ਸ਼ਿੰਦਰਾ, ਅਸੀਂ ਨਾ ਟਰੈਕਟਰ ਆਪਣੇ ਗਾਂਹ ਲੈ ਗਏ ਜੀ ਬਾਰਡਰ ਤੇ, ਤੇ ਉੱਥੇ ਦੋ ਦਿਨ ਰਾਤਾਂ ਤਾਂ ਵਧੀਆ ਕੱਟੀਆਂ, ਤੇ ਅੱਜ ਗੋਲੀ ਗਾਲੀ ਚੱਲ ਗਈ ਤੇ ਅਸੀਂ ਭਾਈ ਉੱਥੋਂ ਉੱਥੇ ਸੀਗੇ ਕੱਥੇ ਇਕੱਠੇ, ਤੇ ਆਪਣੇ 20 ਦਾ ਟਰੈਕਟਰ ਭਲਤੇ ਉਹਨਾਂ ਨੇ, ਆਪਣੇ ਪਿੰਡ ਵਾਲੇ ਭਲਤਾ ਤੇ ਖੇਮ ਵਾਲੇ ਭਲਤਾ, ਤੇ ਇੱਕ ਮੁੰਡੇ ਨੇ ਗੋਲੀ ਵੀ ਲੱਗੀ ਸਿਰ ਚ, ਉਹ ਵਿਚਾਰੀ ਮੌਤ ਵੀ ਹੋ ਗਈ ਸਾਡੇ ਹੱਥੀ ਚ ਹੋਈ ਆ, ਤੇ ਊ ਬਹੁਤ ਵਧੀਆ ਤੇ ਅਸੀਂ ਭੱਜ ਭੁੱਜ ਗਏ ਤੇ ਵਧੀਆ ਹੋਏ ਕਿ ਅਲਸਰੀ ਸ਼ਾਲ ਸ਼ਰਾਰਤੀ ਬੰਦਿਆਂ ਨੇ ਇਹ ਕੰਮ ਕਰਾਤਾ, ਪ੍ਰਧਾਨ ਪ੍ਰਧੂਨ ਕੋਈ ਨੀ ਗਾਂਹ ਗਿਆ, ਸਾਰੇ ਬੰਦੇ ਸ਼ਰਾਰਤੀ ਅਲਸਰ ਮੂਹਰੇ ਫਿਰਦੇ ਸੀ, ਉਹਨਾਂ ਨੇ ਪ੍ਰਧਾਨਾਂ ਨੇ ਬਹੁਤ ਵਰਜਿਆ ਵੀ ਤੁਸੀਂ ਨਾ ਜਾਓ ਹਟੇ ਨੀ ਪਰ ਉਹ, ਤੇ ਪੂਰਾ ਉਹਨਾਂ ਨੇ ਕੰਮ ਮੰਗਾਤਾ, ਤੇ ਮਗਰੋਂ ਫਿਰ ਉਦੋਂ ਬਾਅਦ 2 ਵਜੇ ਫੇਰ ਜੇ ਨਾ ਹਟੇ ਲੋਕ ਪਰਾਲੀ ਚੱਕ ਚੱਕ ਲਿਆ ਲੈ ਕੇ ਧੂੰਆਂ ਕਰਤਾ ਉਹਨਾਂ ਦੇ ਦਾਲੇ, ਉਹਨਾਂ ਨੇ ਫਿਰ ਬੰਬਕਾਰੀ ਕਰਤੀ, ਉਦੋਂ ਬਾਅਦ ਫਿਰ 5-7 ਬੰਦਿਆਂ ਦੀ ਫਿਰ ਸੱਟਾਂ ਬਹੁਤ ਵੱਜੀਆਂ, ਉਦੋਂ ਬਾਅਦ ਜੀ ਬਹੁਤ ਅੱਛਾ ਸੱਟਾਂ ਵੱਜੀਆਂ ਉਹਨਾਂ ਦੇ, ਤੇ ਅਸੀਂ ਤਾਂ ਹਰੀ ਕਾਇਮ ਵਧੀਆ ਉੱਤੇ ਪਿੱਛੇ ਹਟ ਗਏ, ਤੁਸੀਂ ਪਰਵਾਹ ਨਾ ਮੰਨੋ, ਅਸੀਂ ਆਪਦਾ ਵਧੀਆ ਟਰਾਲੀ ਚ ਪਏ ਹਾਂ ਤੇ ਉੱਥੇ ਬੋਇ ਨਾ ਆਪਦੇ ਸਰਹੱਦ ਚ ਲਾ ਕੇ ਪੈ ਗਏ, ਤੇ ਰੋਟੀ ਪਾਣੀ ਅਸੀਂ ਛਕ ਲਿਆ, ਤੇ ਉੱਥੇ ਸੁਣ ਲਈ ਕੋਈ ਡਾਲਾ ਨਹੀਂ ਖਾਣ ਕਰਦਾ ਹੈ ਨੀ ਕੋਈ।